ਅਫਗਾਨਿਸਤਾਨ ਦੇ ਇਤਿਹਾਸ ਦਾ ਸਭ ਤੋਂ ਵੱਡਾ ਪ੍ਰੋਜੈਕਟ ਇਕੱਠੇ ਪੰਜ ਦੇਸ਼ਾਂ ਨੂੰ ਜੋੜਨ ਦੇ ਲਈ ਤਿਆਰ ਹੈ। ਪਿਛਲੇ 2 ਸਾਲਾਂ ਦੇ ਵਿੱਚ ਜਿਸ ਤਰ੍ਹਾਂ ਅਫਗਾਨਿਸਤਾਨ ਹਰ ਰੋਜ਼ ਤਰੱਕੀ ਦੀਆਂ ਨਵੀਆਂ ਪੈੜਾਂ ਨੂੰ ਪਾ ਰਿਹਾ ਹੈ, ਉਸ ਨੂੰ ਦੇਖ ਕੇ ਲੱਗਦਾ ਹੈ ਕਿ ਇੱਕ ਦਿਨ ਉਹ ਬਹੁਤ ਜਲਦੀ ਮਿਡਲ ਈਸਟ ਦਾ ਸਭ ਤੋਂ ਜ਼ਿਆਦਾ ਸਫਲ ਦੇਸ਼ ਬਣ ਜਾਵੇਗਾ। ਅਤੇ ਵਿਕਾਸ ਦੇ ਕੰਮਾਂ ਦੇ ਵਿੱਚ ਅੱਗੇ ਵੱਧਦੇ ਹੋਏ ਅਫਗਾਨਿਸਤਾਨ ਨੇ 5 ਕੋਰੀਡੋਰ ਜਿਹੜਾ ਰੇਲਵੇ ਦਾ ਉਸ ਦਾ ਪ੍ਰੋਜੈਕਟ ਹੈ ਉਸ ਨੂੰ ਕੰਪਲੀਟ ਕਰਨ ਦੀ ਠਾਣ ਲਈ ਹੈ। ਅਸੀਂ ਗੱਲ ਕਰ ਰਹੇ ਹਾਂ ਜੀ ਖਾਫ ਹੇਰਾਤ ਰੇਲਵੇ ਪ੍ਰੋਜੈਕਟ ਦੀ। ਇਹ ਪ੍ਰੋਜੈਕਟ ਅਫਗਾਨਿਸਤਾਨ ਨੂੰ ਪੂਰੀ ਦੁਨੀਆ ਦੇ ਨਾਲ ਜੋੜਨ ਦਾ ਕੰਮ ਕਰੇਗਾ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਜਾਣਾਂਗੇ ਕਿ ਕੀ ਹੈ ਖਾਫ ਹੇਰਾਤ ਰੇਲਵੇ ਪ੍ਰੋਜੈਕਟ ਤੇ ਅਫਗਾਨਿਸਤਾਨ ਦੀ ਡਿਵੈਲਪਮੈਂਟ ਦੇ ਵਿੱਚ ਕਿੱਦਾਂ ਯੋਗਦਾਨ ਪਾਵੇਗਾ। ਖਾਫ ਹੇਰਾਤ ਰੇਲਵੇ ਪ੍ਰੋਜੈਕਟ 1970 ਦੇ ਵਿੱਚ ਦਾਊਦ ਖਾਨ ਦੇ ਸ਼ਾਸਨ ਦੇ ਵਿੱਚ ਚਾਲੂ ਹੋਇਆ ਸੀ, ਪਰ ਅਫਗਾਨਿਸਤਾਨ ਯੁੱਧ ਦੇ ਚੱਲਦਿਆਂ ਇਹ ਪ੍ਰੋਜੈਕਟ ਕਦੇ ਵੀ ਪੂਰਾ ਨਾ ਹੋਇਆ। ਖਾਫ ਹੇਰਾਤ ਰੇਲਵੇ ਪ੍ਰੋਜੈਕਟ ਇਰਾਨ ਅਤੇ ਅਫਗਾਨਿਸਤਾਨ ਨੂੰ ਆਪਸ ਦੇ ਵਿੱਚ ਰੇਲ ਦੇ ਮਾਧਿਅਮ ਰਾਹੀਂ ਜੋੜੇਗਾ ਤਾਂ ਕਿ ਦੋਨੇ ਗੁਆਂਢੀ ਦੇਸ਼ ਆਪਸ ਦੇ ਵਿੱਚ ਵਪਾਰ ਕਰ ਸਕਣ। ਅਫਗਾਨਿਸਤਾਨ ਅਤੇ ਮਿਡਲ ਈਸਟ ਦੇ ਦੇਸ਼ਾਂ ਦੇ ਵਿੱਚ ਫਿਊਚਰ ਦੀਆਂ ਜ਼ਰੂਰਤਾਂ ਨੂੰ ਦੇਖਦੇ ਹੋਏ ਇਹ ਪ੍ਰੋਜੈਕਟ ਇਰਾਨ ਤੋਂ ਲੈ ਕੇ ਅਫਗਾਨਿਸਤਾਨ, ਪਾਕਿਸਤਾਨ, ਉਜ਼ਬੇਕਿਸਤਾਨ ਤੇ ਤੁਰਮੇਕਿਸਤਾਨ ਦੇ ਨਾਲ ਨਾਲ ਚੀਨ ਨੂੰ ਵੀ ਰੇਲਵੇ ਲਾਈਨ ਦੇ ਜ਼ਰੀਏ ਆਪਸ ਦੇ ਵਿੱਚ ਜੋੜੇਗਾ। ਦੁਨੀਆ ਦੇ ਜਿੰਨੇ ਦੇਸ਼ ਨੇ ਉਹਨਾਂ ਸਾਰਿਆਂ ਦੇ ਵਿੱਚ ਇੱਕ ਦੂਜੇ ਨਾਲ ਜੋੜਨ ਦਾ ਰੇਲਵੇ ਲਾਈਨ ਤੋਂ ਵਧੀਆ ਕੋਈ ਤਰੀਕਾ ਨਹੀਂ ਹੈ। ਇਸ ਦੇ ਨਾਲ ਵਪਾਰ ਵੀ ਬਹੁਤ ਸਸਤਾ ਤੇ ਜਲਦੀ ਹੁੰਦਾ ਹੈ ਤੇ ਨਾਲ ਦੀ ਨਾਲ ਦੇਸ਼ ਦੀ ਜਿਹੜੀ ਇਕਾਨਮੀ ਹੈ ਉਹ ਵੀ ਬਹੁਤ ਤੇਜ਼ੀ ਦੇ ਨਾਲ ਵੱਧਦੀ ਹੈ। ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਅੱਜ ਦੇ ਸਮੇਂ ਦੇ ਵਿੱਚ ਵੀ ਦੁਨੀਆ ਦੇ ਵਿੱਚ ਕਈ ਅਜਿਹੇ ਦੇਸ਼ ਨੇ ਜਿਨ੍ਹਾਂ ਦੇ ਕੋਲ ਆਪਣਾ ਕੋਈ ਘਰੇਲੂ ਰੇਲਵੇ ਨੈਟਵਰਕ ਹੀ ਨਹੀਂ ਹੈ। ਇਹਨਾਂ ਦੇਸ਼ਾਂ ਦੇ ਵਿੱਚੋਂ ਇੱਕ ਹੀ ਸੀ ਅਫਗਾਨਿਸਤਾਨ। ਅਫਗਾਨਿਸਤਾਨ ਦੇ ਕੋਲ ਕੋਈ ਆਪਣਾ ਘਰੇਲੂ ਰੇਲਵੇ ਨੈਟਵਰਕ ਨਹੀਂ ਹੈ, ਪਰ ਉਸਨੇ ਇਸ ਨੂੰ ਬਣਾਉਣਾ ਕਈ ਦਹਾਕਿਆਂ ਪਹਿਲਾਂ ਸ਼ੁਰੂ ਕਰ ਦਿੱਤਾ ਸੀ। ਖਾਫ ਹੇਰਾਤ ਪ੍ਰੋਜੈਕਟ ਦੇ ਨਾਲ ਇਹ ਦੇਸ਼ ਸਰਹੱਦ ਨੂੰ ਤੁਰਮੇਕਿਸਤਾਨ ਅਤੇ ਉਜ਼ਬੇਕਿਸਤਾਨ ਦੇ ਨਾਲ ਜੋੜਦਾ ਹੈ। ਹੁਣ ਇਸ ਲਿਸਟ ਦੇ ਵਿੱਚ ਇਰਾਨ ਦਾ ਨਾਮ ਵੀ ਜੁੜ ਗਿਆ ਹੈ। 1970 ਦੇ ਵਿੱਚ ਇਹ ਪ੍ਰੋਜੈਕਟ ਸ਼ੁਰੂ ਹੋਇਆ ਸੀ, ਪਰ ਅਫਗਾਨ ਇਗਲੋ ਵਾਰ ਦੇ ਕਾਰਨ ਇਹ ਪ੍ਰੋਜੈਕਟ ਬੰਦ ਹੋ ਗਿਆ ਸੀ, ਪਰ ਹੁਣ ਫਿਰ ਤੋਂ ਅਫਗਾਨਿਸਤਾਨ ਤੇ ਇਰਾਨ ਦੇ ਵਿੱਚ ਇਹ ਪ੍ਰੋਜੈਕਟ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ। 2016 ਦੇ ਵਿੱਚ ਇਹ ਰੇਲਵੇ ਲਾਈਨ ਦਾ ਕੰਮ ਇਰਾਨ ਦੇ ਵਿੱਚ ਪੂਰਾ ਹੋ ਗਿਆ ਸੀ ਤੇ ਹੁਣ ਇਹ ਰੇਲਵੇ ਲਾਈਨਾਂ ਦਾ ਕੰਮ ਅਫਗਾਨਿਸਤਾਨ ਦੇ ਵਿੱਚ ਸ਼ੁਰੂ ਹੋ ਚੁੱਕਿਆ ਹੈ। ਖਾਫ ਹੇਰਾਤ ਰੇਲਵੇ ਪ੍ਰੋਜੈਕਟ ਦੇ ਵਿੱਚ 225 ਕਿਲੋਮੀਟਰ ਇਹ ਰੇਲਵੇ ਲਾਈਨ ਨੂੰ ਇਰਾਨ ਦੇ ਖਾਫ ਅਤੇ ਅਫਗਾਨਿਸਤਾਨ ਦੇ ਹੇਰਾਤ ਨੂੰ ਆਪਸ ਦੇ ਵਿੱਚ ਜੋੜਿਆ ਗਿਆ ਹੈ ਇਸ ਦੇ ਰਾਹੀਂ। ਰਿਪੋਰਟਸ ਦੱਸਦੀਆਂ ਨੇ ਕਿ ਅਫਗਾਨਿਸਤਾਨ ਦਾ ਇਹ ਸਭ ਤੋਂ ਜ਼ਿਆਦਾ ਐਡਵਾਂਸ ਟੈਕਨੋਲੋਜੀ ਵਾਲਾ ਪ੍ਰੋਜੈਕਟ ਹੈ। ਇਹ ਰੇਲਵੇ ਪ੍ਰੋਜੈਕਟ ਦੇ ਲਈ ਰੂਜ਼ਾ ਦੇ ਵਿੱਚ 1600 ਵਰਗ ਮੀਟਰ ਦੇ ਵਿੱਚ 2 ਮੰਜ਼ਿਲਾ ਬਹੁਤ ਵੱਡਾ ਰੇਲਵੇ ਸਟੇਸ਼ਨ ਬਣਾਇਆ ਗਿਆ ਹੈ ਤੇ ਇੱਥੇ ਯਾਤਰੀਆਂ ਦੇ ਲਈ ਵੀ ਇੱਕ ਬਹੁਤ ਵੱਡਾ ਸਟੇਸ਼ਨ ਬਣਾਇਆ ਗਿਆ ਹੈ। ਇਹ ਰੇਲਵੇ ਪ੍ਰੋਜੈਕਟ ਆਪਣੀ ਸ਼ੁਰੂਆਤ ਦੇ ਦੌਰਾਨ ਹੀ ਪਹਿਲੇ ਸਾਲਾਂ ਦੇ ਵਿੱਚ 6 ਮਿਲੀਅਨ ਟਨ ਕਾਰਗੋ ਤੇ 10 ਲੱਖ ਪੈਸੇਂਜਰ ਨੂੰ ਲੈ ਕੇ ਜਾਣ ਦੀ ਸਮਰੱਥਾ ਰੱਖਦਾ ਹੈ। ਇਹਨਾਂ ਸਾਰੀਆਂ ਚੀਜ਼ਾਂ ਤੋਂ ਇਲਾਵਾ ਖਾਫ ਹੇਰਾਤ ਪ੍ਰੋਜੈਕਟ ਦੇ ਕਈ ਘਰੇਲੂ ਫਾਇਦੇ ਵੀ ਨੇ। ਜਿਵੇਂ ਕਿ ਆਪਾਂ ਸਾਰਿਆਂ ਨੂੰ ਹੀ ਪਤਾ ਹੈ ਕਿ ਅਫਗਾਨਿਸਤਾਨ ਇੱਕ ਲੈਂਡਲੌਕ ਦੇਸ਼ ਹੈ, ਇਸ ਦਾ ਜ਼ਿਆਦਾਤਰ ਏਰੀਆ ਪਹਾੜੀ ਅਤੇ ਬੰਜਰ ਰੇਗਿਸਤਾਨ ਹੈ। ਇਸ ਕਰਕੇ ਇਸ ਦੇਸ਼ ਨੂੰ ਆਪਣੀਆਂ ਮੁੱਢਲੀਆਂ ਜ਼ਰੂਰਤਾਂ ਦੇ ਲਈ ਵੀ ਦੂਜੇ ਦੇਸ਼ਾਂ ਦੇ ਉੱਪਰ ਨਿਰਭਰ ਰਹਿਣਾ ਪੈਂਦਾ ਹੈ ਤੇ ਖਾਫ ਹੇਰਾਤ ਰੇਲਵੇ ਪ੍ਰੋਜੈਕਟ ਦੇ ਨਾਲ ਹੁਣ ਅਫਗਾਨਿਸਤਾਨ ਇਰਾਨ ਤੋਂ ਬਹੁਤ ਘੱਟ ਰੇਟ ਦੇ ਵਿੱਚ ਜ਼ਰੂਰਤ ਦੀਆਂ ਸਾਰੀਆਂ ਚੀਜ਼ਾਂ ਨੂੰ ਲੈ ਲਵੇਗਾ, ਕਿਉਂਕਿ ਰੇਲਵੇ ਇੱਕ ਬਹੁਤ ਸਸਤਾ ਜ਼ਰੀਆ ਹੁੰਦਾ ਹੈ ਚੀਜ਼ਾਂ ਨੂੰ ਲੈ ਕੇ ਆਉਣ ਦਾ ਤੇ ਬਾਹਰ ਭੇਜਣ ਦਾ। ਇਸ ਲਈ ਅਫਗਾਨਿਸਤਾਨ ਹੁਣ ਬਹੁਤ ਘੱਟ ਕੀਮਤ ਤੇ ਦੂਜੇ ਦੇਸ਼ਾਂ ਤੋਂ ਚੀਜ਼ਾਂ ਲੈ ਕੇ ਆਵੇਗਾ ਤੇ ਆਪਣੀਆਂ ਚੀਜ਼ਾਂ ਉਹਨਾਂ ਨੂੰ ਵੇਚੇਗਾ। ਨਾਲ ਹੀ ਇਸ ਦਾ ਅਫਗਾਨਿਸਤਾਨ ਨੂੰ ਇਹ ਫਾਇਦਾ ਹੋਵੇਗਾ ਕਿ ਜਿਹੜਾ ਇਸ ਦਾ ਇਸਲਾਮ ਕੋਲਾ ਰੋਡ ਹੈ ਉਸ ਦੇ ਉੱਤੇ ਹੁਣ ਟ੍ਰੈਫਿਕ ਘੱਟ ਜਾਵੇਗਾ ਇਹ ਰੇਲਵੇ ਲਾਈਨ ਚੱਲਣ ਦੇ ਨਾਲ। ਅੱਜ ਦੇ ਸਮੇਂ ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਜਿੰਨੀ ਵੀ ਟਰਾਂਸਪੋਰਟ ਹੈ ਉਹ ਸਾਰੀ ਇਹ ਸੜਕ ਦੇ ਉੱਪਰੋਂ ਹੀ ਚੱਲਦੀ ਹੈ ਤੇ ਰੋਜ਼ਾਨਾ ਹੀ ਹਜ਼ਾਰਾਂ ਯਾਤਰੀ ਅਫਗਾਨਿਸਤਾਨ ਤੋਂ ਇਰਾਨ ਦੇ ਵਿੱਚ ਜਾਂਦੇ ਨੇ ਬਾਏ ਰੋਡ ਜਾਂ ਬਾਏ ਏਅਰ ਤੇ ਉੱਥੋਂ ਵਾਪਸ ਅਫਗਾਨਿਸਤਾਨ ਦੇ ਵਿੱਚ ਬਾਏ ਰੋਡ ਜਾਂ ਬਾਏ ਏਅਰ ਆਉਂਦੇ ਨੇ ਤੇ ਇਹ ਰੇਲਵੇ ਨੈਟਵਰਕ ਬਣਨ ਦੇ ਨਾਲ ਅਫਗਾਨੀ ਲੋਕ ਜਾਂ ਕਹੀਏ ਇਰਾਨੀ ਲੋਕ ਹੁਣ ਬਹੁਤ ਘੱਟ ਖਰਚੇ ਦੇ ਵਿੱਚ ਤੇ ਬਹੁਤ ਘੱਟ ਸਮੇਂ ਦੇ ਵਿੱਚ ਇੱਕ ਦੂਜੇ ਦੇਸ਼ਾਂ ਦੇ ਵਿੱਚ ਜਾ ਸਕਣਗੇ। ਅਫਗਾਨਿਸਤਾਨ ਆਪਣੇ
ਇਹ ਪ੍ਰੋਜੈਕਟ ਦੇ ਨਾਲ ਆਪਣਾ ਇਕੱਲਾ ਵਪਾਰ ਹੀ ਨਹੀਂ ਵਧਾਏਗਾ, ਉਹ ਇਸ ਦੇ ਨਾਲ ਚੀਨ ਦੇ ਨਾਲ ਤੇ ਹੋਰ ਕਈ ਦੇਸ਼ਾਂ ਦੇ ਨਾਲ ਵੀ ਜੁੜ ਜਾਵੇਗਾ ਰੇਲਵੇ ਦੇ ਜ਼ਰੀਏ। ਅੱਜ ਦੇ ਸਮੇਂ ਦੇ ਵਿੱਚ ਅਫਗਾਨਿਸਤਾਨ ਦੂਜੇ ਦੇਸ਼ਾਂ ਦੇ ਮੁਕਾਬਲੇ ਆਪਣਾ ਜ਼ਿਆਦਾਤਰ ਵਪਾਰ ਹੈ ਜਿਹੜਾ ਉਹ ਈਰਾਨ ਦੇ ਨਾਲ ਹੀ ਕਰਦਾ ਹੈ, ਤੇ ਹੁਣ ਅਫਗਾਨਿਸਤਾਨ ਆਪਣੇ ਦੋ ਉੱਤਰੀ ਗੁਆਂਢੀ ਦੇਸ਼ ਉਜ਼ਬੇਕਿਸਤਾਨ ਅਤੇ ਤੁਰਕਮੇਨਿਸਤਾਨ ਦੇ ਨਾਲ ਵੀ ਜੁੜ ਗਿਆ ਹੈ, ਤੇ ਇਸ ਲਈ ਹੁਣ ਫਿਊਚਰ ਦੇ ਵਿੱਚ ਅਫਗਾਨਿਸਤਾਨ ਇਹਨਾਂ ਦੋਨੇ ਦੇਸ਼ਾਂ ਦੇ ਨਾਲ ਵੀ ਵਪਾਰ ਕਰੇਗਾ। ਤੇ ਦੂਜੇ ਪਾਸੇ ਇਸ ਰੇਲਵੇ ਪ੍ਰੋਜੈਕਟ ਦੇ ਨਾਲ ਅਫਗਾਨਿਸਤਾਨ ਈਰਾਨ ਦੇ ਵਿੱਚ ਮੌਜੂਦ ਕੈਪਸੀਅਨ ਸਾਗਰ ਦੀ ਜਿਹੜੀ ਬੰਦਰਗਾਹ ਹੈ ਉਸ ਦੇ ਨਾਲ ਵੀ ਸਿੱਧਾ ਜੁੜ ਜਾਵੇਗਾ, ਤੇ ਅੱਗੇ ਫਿਊਚਰ ਦੇ ਵਿੱਚ ਅਫਗਾਨਿਸਤਾਨ ਵੱਡੇ ਲੈਵਲ ਦੇ ਉੱਪਰ ਆਪਣੇ ਇਸ ਰੇਲਵੇ ਪ੍ਰੋਜੈਕਟ ਦੇ ਨਾਲ ਤੁਰਕੀ ਦਾ ਜਿਹੜਾ ਰੇਲਵੇ ਨੈਟਵਰਕ ਹੈ ਉਸ ਦੇ ਨਾਲ ਜੁੜੇਗਾ, ਤੇ ਉਸ ਤੋਂ ਬਾਅਦ ਯੂਰਪ ਮਹਾਂਦੀਪ ਦਾ ਜਿਹੜਾ ਨੈਟਵਰਕ ਹੈ ਉਸ ਦੇ ਨਾਲ ਵੀ ਕਨੈਕਟ ਹੋ ਜਾਵੇਗਾ। ਅਫਗਾਨਿਸਤਾਨ ਜਿਹੜਾ ਹੁਣ ਖੁੱਲ੍ਹੇ ਤਰੀਕੇ ਦੇ ਨਾਲ ਕਿਸੇ ਵੀ ਦੇਸ਼ ਦੇ ਨਾਲ ਨਹੀਂ ਜੁੜਿਆ ਹੋਇਆ, ਉਹ ਆਪਣੇ ਇਸ ਖਾਫ ਹੇਰਾਤ ਰੇਲਵੇ ਪ੍ਰੋਜੈਕਟ ਦੇ ਨਾਲ ਪਤਾ ਹੀ ਨਹੀਂ ਕਿੰਨੇ ਦੇਸ਼ਾਂ ਦੇ ਨਾਲ ਓਪਨਲੀ ਕਨੈਕਟ ਹੋ ਜਾਵੇਗਾ। ਅਫਗਾਨਿਸਤਾਨ ਨੇ ਯੂਰਪ ਦੇ ਨਾਲ ਜੁੜਨ ਦੇ ਲਈ ਇੱਕ ਹੋਰ ਯੋਜਨਾ ਸ਼ੁਰੂ ਕੀਤੀ ਹੋਈ ਹੈ, ਜਿਹੜੀ ਅਫਗਾਨਿਸਤਾਨ ਨੂੰ ਤੁਰਕਮੇਨਿਸਤਾਨ, ਅਜ਼ਰਬਾਈਜਾਨ, ਜਾਰਜੀਆ ਤੇ ਤੁਰਕੀ ਦੇ ਜ਼ਰੀਏ ਯੂਰਪ ਦੇ ਨਾਲ ਜੁੜੇਗੀ। ਦੂਜੇ ਪਾਸੇ ਜੇਕਰ ਆਪਾਂ ਦੇਖੀਏ ਤਾਂ ਹਾਲੇ ਤੱਕ ਅਫਗਾਨਿਸਤਾਨ ਪਾਕਿਸਤਾਨ ਦੀਆਂ ਬੰਦਰਗਾਹ ਦੇ ਜ਼ਰੀਏ ਦੂਜੇ ਦੇਸ਼ਾਂ ਤੱਕ ਪਹੁੰਚ ਪਾਉਂਦਾ ਸੀ, ਪਰ ਹੁਣ ਉਹ ਆਪਣੀ ਰੇਲਵੇ ਲਾਈਨ ਦੇ ਜ਼ਰੀਏ ਇਹਨਾਂ ਬੰਦਰਗਾਹ ਤੱਕ ਬਹੁਤ ਜ਼ਿਆਦਾ ਆਸਾਨੀ ਨਾਲ ਪਹੁੰਚ ਜਾਵੇਗਾ। ਇਸ ਰੇਲਵੇ ਪ੍ਰੋਜੈਕਟ ਦੇ ਨਾਲ ਅਫਗਾਨਿਸਤਾਨ ਈਰਾਨ ਦੇ ਵਿੱਚ ਵੀ ਜਿਹੜੀਆਂ ਬੰਦਰਗਾਹ ਨੇ ਉਹਨਾਂ ਤੱਕ ਵੀ ਬਹੁਤ ਆਸਾਨੀ ਦੇ ਨਾਲ ਪਹੁੰਚ ਜਾਵੇਗਾ। ਜੇਕਰ ਸੌਖੇ ਸ਼ਬਦਾਂ ਦੇ ਵਿੱਚ ਕਹੀਏ ਤਾਂ ਇਹ ਰੇਲਵੇ ਪ੍ਰੋਜੈਕਟ ਅਫਗਾਨਿਸਤਾਨ ਦੇ ਲਈ ਇੱਕ ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ ਹੈ। ਇਹ ਸਾਂਝੀ ਅਫਗਾਨਿਸਤਾਨ ਰੇਲਵੇ ਨੈਟਵਰਕ ਦੇ ਨਾਲ ਜੁੜੇ ਹੋਏ ਕੁਝ ਰੌਚਕ ਦਾ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲਈ ਕਮੈਂਟ ਕਰਕੇ ਜ਼ਰੂਰ ਦੱਸਣਾ, ਤੇ ਸਾਡੇ ਯੂਟਿਊਬ ਦੇ ਚੈਨਲ ਜੋ ਟੀਵੀ ਨੂੰ ਸਬਸਕ੍ਰਾਈਬ ਕਰਨਾ। ਧੰਨਵਾਦ।